ਦਲਜੀਤ ਸਿੰਘ ਜੀ ਜਿਹੜੇ ਲੋਕ ਕਹ ਲੋ ਕਿ ਵਿਦੇਸ਼ਾਂ ਵਿੱਚ ਗਏ ਨੇ ਜਾਂ ਜ਼ਿਆਤਰ ਕਿ ਹਾਲਾ ਸਟੂਡੈਂਟ ਜਿਹੜੇ ਲੋਕ ਵਿਦੇਸ਼ਾਂ ਵਿੱਚ ਗਏ ਨੇ ਬੀ ਬ ਲੱਖ ਰੁਪਏ ਲਾ ਕੇ ਜਾਂ ਵੱਧ ਵੱਧ ਪੈਸੇ ਲਾ ਕੇ ਵੀ ਉਸ ਤੋਂ ਵਿਦੇਸ਼ਾਂ ਵਿੱਚ ਜਾਂਦੇ ਨੇ ਆਪਣੀ ਜਗਹ ਲੋਕ ਕਿ ਚੰਗੇ ਭਵਿੱਖ ਨੂੰ ਦੇਖਦੇ ਹੋਏ ਹੁਣ ਰੁਝਾਨ ਕੀ ਸਾਹਮਣੇ ਆ ਰਿਹਾ ਕਿ ਉੱਥੇ ਕੁਝ ਤਕਲੀਫਾਂ ਨੂੰ ਦੇਖਦੇ ਹੋਏ ਉੱਥੇ ਕੰਮ ਕਾਜ ਨੂੰ ਲੈ ਕੇ ਜਾਂ ਉੱਥੇ ਰਹਿਣ ਸਨ ਲੈ ਕੇ ਉੱਥੇ ਕਈ ਕਾਰਨਾਂ ਨੂੰ ਦੇਖਦੇ ਹੋਏ ਉਹ ਲੋਕ ਵਾਪਸ ਪਰਤ ਰਹੇ ਨੇ ਕਿਵੇਂ ਦੇ ਦੇ ਤੁਸੀਂ ਵੱਡੇ ਕਾਰਨ ਕਿ ਜੋ ਲੋਕ ਇੰਨੇ ਲੱਖਾਂ ਰੁਪਏ ਲਾਉਂਦੇ ਨੇ ਉੱਥੇ ਕੁਝ ਦਿੱਕਤਾਂ ਉਹਨਾਂ ਨੂੰ ਆਉਂਦੀਆਂ ਨੇ ਉਹਨਾਂ ਦੇਕਰਾਂ ਦਾ ਸਾਹਮਣਾ ਨਾ ਕਰ ਕਰਨ ਦੇ ਹੋਏ ਉਹ ਵਾਪਸ ਪੰਜਾਬ ਨੂੰ ਪਰਤ ਜਾਂਦੇ ਨੇ ਇਹ ਜਿਹੇ ਕਾਫੀ ਕਹਿ ਲਓ ਕਿ ਕੇਸ ਸਾਹਮਣੇ ਆਏ ਨੇ ਕੀ ਕਹੋਗੇ ਇਸ ਬਾਰੇ ਹਾਂਜੀ ਦੇਖੋ ਬਿਲਕੁਲ ਤੁਸੀਂ ਗੱਲ ਜਿਹੜੀ ਆ ਉਹ ਸਹੀ ਕਹੀ ਹੈ ਕਿ ਨੌਜਵਾਨ ਜਿਹੜੇ ਸਟੂਡੈਂਟ ਨੇ ਕੁਝ ਕਪਲ ਜੋੜੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਆਏ ਆ ਉਹ ਵਾਪਸ ਪੜਨਾ ਸ਼ੁਰੂ ਹੋ ਗਏ ਖਾਸ ਤੌਰ ਤੇ ਮੈਂ ਇੰਗਲੈਂਡ ਦੀਆਂ ਕੁਝ ਜਿਹੜੇ ਘਟਨਾਵਾਂ ਸੁਣੀਆਂ ਨੇ ਕਿ ਇੱਥੋਂ ਜਿਹੜੇ ਕਪਲ ਜਿਹੜੇ ਆਏ ਹੋਏ ਸਟੂਡੈਂਟ ਜਿਹੜੇ ਸੀ ਜੋ ਜੋੜੇ ਆਏ ਹੋਏ ਸੀਗੇ ਉਹ ਵਾਪਸ ਚਲੇ ਗਏ ਤੁਹੇ ਦਾ ਕਾਰਨ ਜਿਹੜਾ ਉਹ ਦੱਸ ਰਹੇ ਨੇ ਕਿ ਇੰਗਲੈਂਡ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਇਸ ਤਰ੍ਹਾਂ ਹੀ ਕੁਝ ਜਿਹੜੀਆਂ ਘਟਨਾਵਾਂ ਨੇ ਉਹ ਕੈਨੇਡਾ ਦੇ ਵਿੱਚ ਵੀ ਸਾਹਮਣੇ ਆਈਆਂ ਮੈਂ ਨਾ ਬਹੁਤ ਵਾਰ ਜਦੋਂ ਇਹ ਗੱਲਾਂ ਸੁਣਦਾ ਨਾ ਤਾਂ ਫਿਰ ਮੈਂ ਥੋੜਾ ਹੱਸਦਾ ਵੀ ਹੁੰਨਾ ਹੈ ਤੇ ਇਹਦੀ ਇਹਨੂੰ ਕੰਪੇਅਰ ਕਰਦਾ ਹੁੰਨਾ ਅੱਜ ਤੋਂ 20 ਸਾਲ ਵਾਲੇ ਪਹਿਲਾਂ ਵਾਲੇ ਦੌਰ ਦੇ ਨਾਲ ਤੁਸੀਂ ਜਾਣਦੇ ਹੋ ਸਾਰੇ ਪੰਜਾਬੀ ਜਾਣਦੇ ਨੇ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਡੌਂਕੀਆਂ ਰਾਹੀਂ ਆਉਂਦੇ ਰਹੇ ਹੁਣ ਡੌਂਕੀਆਂ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਘਟ ਚੁੱਕਿਆ ਹੈ ਜਿਹੜੇ ਡੌਂਕੀਆਂ ਰਹੀਂ ਨੌਜਵਾਨ ਆਉਂਦੇ ਰਹੇ ਨੇ ਉਹਦੇ ਵਿੱਚ ਇੱਕ ਕਿੱਸਾ ਜਿਹੜਾ ਹੈ ਉਹ ਅੱਜ ਵੀ YouTube ਦੇ ਉੱਤੇ ਤੁਸੀਂ ਸੁਣ ਸਕਦੇ ਹੋ ਕਿ ਜਹਾਜ਼ ਦੇ ਟਹਿਰਾ ਦੇ ਵਿੱਚ ਵੜ ਕੇ ਦੋ ਭਰਾ ਜਿਹੜੇ ਨੇ ਉਹ ਇੰਗਲੈਂਡ ਪਹੁੰਚ ਗਏ ਸੀ ਉਹਦੇ ਵਿੱਚੋਂ ਇੱਕ ਰਸਤੇ ਦੇ ਵਿੱਚ ਖਤਮ ਹੋ ਗਿਆ ਤੇ ਦੂਸਰਾ ਪਹੁੰਚ ਗਿਆ ਤੇ ਉਹਨੂੰ ਇੱਥੇ ਆਉਣ ਤੋਂ ਬਾਅਦ ਉਹਦਾ ਕੇਸ ਲੱਗਦਾ ਹੈ ਇੱਥੇ UK ਦੇ ਵਿੱਚ ਤੇ ਤਕਰੀਬਨ 10-15 ਸਾਲ ਬਾਅਦ ਉਸ ਨੂੰ ਪੇਪਰ ਜਿਹੜੇ ਨੇ ਦੇ ਦਿੱਤੇ ਜਾਂਦੇ ਕਿ ਜਾ ਭਾਈ ਐਸ਼ ਕਰ ਤੇ ਤੈਨੂੰ ਪੇਪਰ ਦਿੱਤੇ ਜਾਂਦੇ ਆ ਮਤਲਬ ਇੰਨੀਆਂ ਦੁੱਖ ਤਕਲੀਫਾਂ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਰਸ਼ੀਆ ਦੇ ਜੰਗਲਾਂ ਦੀ ਰਸ਼ੀਆ ਦੇ ਉਹ ਬਰਫ਼ੀਲੇ ਪਹਾੜਾਂ ਦੀ ਜਿਹਦੇ ਥੱਲੇ ਅੱਜ ਵੀ ਸਾਡੇ ਨੌਜਵਾਨ ਕਈ ਜਿਨ੍ਹਾਂ ਦੇ ਪਿੰਜਰ ਉੱਥੇ ਮੌਜੂਦ ਨੇ ਜਿਹੜੇ برفਾਂ ਦੇ ਥੱਲੇ ਦੱਬੇ ਦੇ ਦੱਬੇ ਰਹੇ ਸੋ ਉਹਨਾਂ ਜੰਗਲਾਂ ਦੇ ਵਿੱਚੋਂ ਲੰਘ ਕੇ ਜੇ ਹੁਣ ਅਮਰੀਕਾ ਦੀ ਗੱਲ ਕਰ ਲਈਏ ਤਾਂ ਪਨਾਮਾ ਦੇ ਜੰਗਲ ਜਿਹੜੇ ਬਹੁਤ ਸੰਘਣੇ ਡਰਾਵਨੇ ਜੰਗਲ ਮੰਨੇ ਜਾਂਦੇ ਆ ਜਿੱਥੇ ਬਹੁਤ ਤਰ੍ਹਾਂ ਦੇ ਜਾਨਵਰ ਨੇ ਉਹਨਾਂ ਜੰਗਲਾਂ ਦੇ ਵਿੱਚੋਂ ਲੰਘ ਕੇ ਲੋਕ ਅਮਰੀਕਾ ਪਹੁੰਚਦੇ ਰਹੇ ਨੇ ਉਹ ਤਾਂ ਚਲੋ ਅੱਜ ਵੀ ਚੱਲਦਾ ਪਿਆ ਸੋਸ ਤੋਂ ਬਾਅਦ ਸਮੁੰਦਰੀ ਕੰਡਿਆ ਰਾਹੀ ਤੁਸੀਂ 1996 ਦੀ ਉਹ ਘਟਨਾ ਸੁਣੀ ਹੋਣੀ ਹੈ ਜਦੋਂ ਮਾਲਟਾ ਕਾਂਡ ਹੋਇਆ ਜਿਹਦੇ ਵਿੱਚ ਸਾਡੇ 2.300 ਨੌਜਵਾਨ ਜਿਹੜੇ ਉਹ ਮਾਰੇ ਗਏ ਮਤਲਬ ਜਿੰਨੀਆਂ ਦੁੱਖ ਤਕਲੀਫਾਂ ਪੰਜਾਬੀਆਂ ਨੇ ਪੰਜਾਬੀ ਨੌਜਵਾਨਾਂ ਨੇ ਵਿਦੇਸ਼ਾਂ ਦੇ ਵਿੱਚ ਔਨਲੀ ਪਿਛਲੇ ਸਮੇਂ ਦੇ ਵਿੱਚ ਚੱਲੀਆਂ ਹਨ ਉਹਨਾਂ ਦੇ ਮੁਕਾਬਲੇ ਅੱਜ ਉਹ ਤਕਲੀਫਾਂ ਕੁਝ ਵੀ ਨਹੀਂ ਹੈ ਉਹ ਵੀ ਉਸ ਵੇਲੇ ਜਦੋਂ ਤੁਸੀਂ ਸਿੱਧੇ ਵੀਜ਼ਿਆਂ ਦੇ ਉੱਪਰ ਬਾਹਰ ਆ ਰਹੇ ਹੋ ਮਤਲਬ ਲੀਗਲ ਤਰੀਕੇ ਨਾਲ ਲੀਗਲ ਵੇ ਨਾਲ ਜਹਾਜ਼ ਦੇ ਵਿੱਚ ਬਹਿ ਕੇ ਤੁਸੀਂ ਬਾਹਰ ਆ ਰਹੇ ਹੋ ਸੋ ਜੇਕਰ ਕੰਮ ਦੀ ਪ੍ਰੋਬਲਮ ਆਉਂਦੀ ਹੈ ਤੇ ਕੰਮ ਦੀ ਪ੍ਰੋਬਲਮ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਵੀ ਸੀ ਇਹ ਨਹੀਂ ਹੈ ਕਿ ਉਸ ਵੇਲੇ ਬਹੁਤ ਵਧੀਆ ਹਾਲਾਤ ਸੀ ਆਉਂਦਿਆਂ ਕੰਮ ਮਿਲ ਜਾਂਦੇ ਰਹੇ ਯੂਰਪ ਦੇ ਵਿੱਚ ਜਾਂ ਫਿਰ ਆਪਾਂ ਉਸ ਤੋਂ ਬਾਅਦ ਗੱਲ ਕਰ ਲਈਏ ਦੁਬਈ ਦੋਹਾ ਕਤਰ ਤੁਸੀਂ ਕਿਵੇਂ ਇਮੇਜਿਨ ਕਰਦੇ ਹੋ ਉਹਨਾਂ ਮੁਲਕਾਂ ਨੂੰ ਕਿ ਉੱਥੇ ਲਾਈਫ ਸੌਖੀ ਹੈ ਜਿਹੜੇ ਇੰਗਲੈਂਡ ਦੇ ਇੰਗਲੈਂਡ ਤੋਂ ਜਾਂ ਕੈਨੇਡਾ ਵਰਗੇ ਮੁਲਕਾਂ ਤੋਂ ਵਾਪਸ ਮੁੜ ਰਹੇ ਨੇ ਤੇ ਮੈਨੂੰ ਲੱਗਦਾ ਫਿਰ ਉਹਨਾਂ ਨੇ ਉਹ ਦੌਰ ਨਹੀਂ ਦੇਖਿਆ ਉਹ ਸਮਾਂ ਨਹੀਂ ਦੇਖਿਆ ਉਹ ਮੁਲਕ ਨਹੀਂ ਵੇਖੇ ਦੋ ਪਈ ਵਰਗੇ ਜਿੱਥੇ 50 50 55 55 ਡਿਗਰੀ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਨੇ ਉਹ ਕੰਸਟਰਕਸ਼ਨ ਦਾ ਕੰਮ ਕਰਦੇ ਆ ਜਾਂ ਹੋਰ ਕੰਮ ਕਰਦੇ ਆ ਸੋ ਇਹੀ ਮਿਹਨਤਾਂ ਹੁੰਦੀਆਂ ਨੇ ਇਹੀ ਉਹ ਸਟਰਗਲ ਹੁੰਦੀ ਹੈ ਸਟਰਗਲ ਦਾ ਪੀਰੀਅਡ ਹੁੰਦਾ ਹੈ ਜਦੋਂ ਤੁਸੀਂ ਵਿਦੇਸ਼ ਦੇ ਵਿੱਚ ਆਉਂਦੇ ਹੋ ਇਹ ਗੱਲ ਤਾਂ ਪੱਕੀ ਆ ਨਾ ਕਿ ਇੱਥੇ ਨਾ ਤਾਂ ਮਾਂ ਦੀ ਬੁੱਕਲ ਲੱਭਣੀ ਹੈ ਤੇ ਮਾਂ ਦਾ ਨਾ ਹੀ ਛਾਪਾ ਛਾਪੜਾ ਲੱਭਣਾ ਜਿਹਦੇ ਵਿੱਚੋਂ ਗਰਮ ਗਰਮ ਰੋਟੀ ਚੁੱਕ ਕੇ ਖਾਦੀ ਜਾਣੀ ਹੈ ਸੋ ਬਹੁਤ ਸਾਰੇ ਲੋਕ ਨੇ ਉਹ ਇਹ ਸਮਝਦੇ ਨੇ ਕਿ ਅਸੀਂ ਸ਼ਾਇਦ ਬਾਹਰਲੇ ਦੇਸ਼ ਚ ਚੱਲੇ ਆ ਤੇ ਸਾਡੀ ਲਾਈਫ ਜਿਹੜੀ ਉੱਥੇ ਜਾਂਦੇ ਆ ਲਗਜ਼ਰੀ ਹੋ ਜਾਣੀ ਹੈ ਲਗਜ਼ਰੀ ਲਾਈਫ ਇੱਥੇ ਆਉਂਦਿਆ ਨਹੀਂ ਹੁੰਦੀ ਮਿਹਨਤਾਂ ਦੇ ਨਾਲ ਹੁੰਦੀ ਹੈ ਜਿੰਨਾ ਗੁੜ ਪਾਈ ਜਾਊਗੇ ਓਨਾ ਮਿੱਠਾ ਹੁੰਦਾ ਜਾਂਦਾ ਹੈ ਇਹ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਸਟਰਗਲ ਕੀਤੀ ਮਿਹਨਤਾਂ ਕੀਤੀਆਂ ਅੱਜ ਉਹ ਲਗਜ਼ਰੀ ਲਾਈਫ ਜੀ ਰਹੇ ਨੇ ਵੱਡੇ ਘਰ ਨੇ ਵੱਡੀਆਂ ਗੱਡੀਆਂ ਪੈਂਕ ਬੈਲੈਂਸ ਹੈ ਪਰ ਜੇ ਤੁਸੀਂ ਕਹੋ ਕਿ ਬਿਨਾਂ ਮਿਹਨਤ ਕੀਤੀਆਂ ਜਾਂ ਫਿਰ ਸਟਰਗਲ ਕੀਤੀਆਂ ਅਸੀਂ ਜਾਂਦੇ ਆ ਹੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਪਾ ਲਈਏ ਤਾਂ ਇਹ ਕਦੇ ਵੀ ਪੋਸੀਬਲ ਨਹੀਂ ਹੁੰਦਾ ਹੁਣ ਜਿਹੜੇ ਵਾਪਸ ਮੁੜ ਰਹੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਭਾਈ ਮਾਪਿਆਂ ਦਾ ਸਭ ਤੋਂ ਪਹਿਲਾਂ ਤੁਸੀਂ 20-25-25 ਲੱਖ ਰੁਪਈਆ ਖਰਚ ਕਰ ਦਿੱਤਾ ਇੱਥੇ ਆ ਗਏ ਹੁਣ ਇਹ ਮੁਲਖ ਦੇ ਵਿੱਚ ਜੇ ਤੁਸੀਂ ਕਹੋ ਕਿ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਤਾਂ ਬਾਕੀਆਂ ਦੇ ਵੀ ਉਹੀ ਹਾਲਾਤ ਨੇ ਉਹ ਵੀ ਉਸੇ ਦੌਰ ਚੋਂ ਗੁਜ਼ਰ ਰਹੇ ਨੇ ਹੁਣ ਦੁਨੀਆ ਭਰ ਦੇ ਵਿੱਚ ਰੈਸੈਸ਼ਨ ਜਿਹੜੀ ਉਹ ਚੱਲ ਰਹੀ ਹੈ ਜੇ ਹੁਣ ਤੁਸੀਂ ਪੰਜਾਬ ਚ ਮਾੜੇ ਹਾਲਾਤਾਂ ਨੂੰ ਦੇਖਦੇ ਆ ਹੋਇਆਂ ਆਰਥਿਕ ਤੰਗੀ ਨੂੰ ਦੇਖਦੇ ਆ ਹੋਇਆਂ ਨਾ ਮੁਲਖਾਂ ਚ ਆਏ ਹੋ ਤਾਂ ਤੁਹਾਨੂੰ ਸਬਰ ਕਰਨਾ ਚਾਹੀਦਾ ਇਹ ਨਹੀਂ ਕਿ ਕੰਮ ਨਹੀਂ ਮਿਲਿਆ ਜਾਂ ਕੋਈ ਹਾਲਾਤ ਮਾੜੇ ਮੋਟੇ ਇੱਧਰ ਉੱਧਰ ਹੋ ਗਏ ਤਾਂ ਤੰਗੀ ਹੋ ਗਈ ਤਾਂ ਤੁਸੀਂ ਕਹੋ ਜੀ ਲਓ ਜੀ ਅਸੀਂ ਵਾਪਸ ਆ ਰਹੇ ਹਾਂ ਹੁਣ ਕਈਆਂ ਨੇ ਤਾਂ 30-30 ਲੱਖ ਰੁਪਈਆ ਕਰਜ਼ਾ ਚੁੱਕਿਆ ਆ ਤੁਸੀਂ ਸੁਣੀ ਹੋਣੀ ਹੈ ਖਬਰ ਹਫਤਾ ਤੋਂ ਪਹਿਲਾਂ ਦੀ 46 ਲੱਖ ਰੁਪਈਆ ਖਰਚ ਕੇ ਮੁੰਡਾ ਕੈਨੇਡਾ ਗਿਆ ਤੇ ਜਾਂਦੇਆਂ 10 ਦਿਨਾਂ ਦੀ ਮੌਤ ਹੋ ਗਈ ਸੋ ਕਰਜ਼ਾ ਵੀ ਉਸੇ ਤਰੀਕੇ ਨਾਲ ਰਹਿ ਗਿਆ ਤੇ ਮੁੰਡਾ ਵੀ ਗਵਾ ਲਿਆ ਹੁਣ ਜਿਹੜੇ ਜਾ ਰਹੇ ਨੇ ਵਾਪਸ ਉਹਨਾਂ ਦੇ ਉੱਤੇ ਕਰਜ਼ਾ ਰਹਿ ਜੂਗਾ ਉੱਥੇ ਜਾਂਦੇਆਂ ਡਬਲ ਤੰਗੀ ਦੇ ਥੱਲੇ ਆ ਜਾਣਗੇ ਮਤਲਬ ਜਿਹੜੇ 30-40 ਲੱਖ ਰੁਪਈਆ ਕਰਜ਼ਾ ਚੁੱਕ ਕੇ ਇੱਧਰ ਆਏ ਉਹ ਫਿਰ ਵਾਪਸ ਚਲੇ ਗਏ ਸੋ ਹੁਣ ਉਹ ਜਿਹੜੀ ਜਾ ਕੇ ਜ਼ਿੰਦਗੀ ਜਿਉਣਗੇ ਉਹ ਪਹਿਲਾਂ ਨਾਲੋਂ ਵੀ ਔਖੀ ਹੋਊਗੀ ਕਿ ਨਹੀਂ ਜਦੋਂ ਕਰਜ਼ਾ ਕਿਸ਼ਤਾਂ ਵਿਆਜ ਉਹ ਸਾਰਾ ਸਿਰ ਦੇ ਉੱਤੇ ਹੋਇਆ ਸੋ ਜੇਕਰ ਤੁਸੀਂ ਆਏ ਹੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਵਾਪਸ ਨਾ ਜਾਓ ਅਸੀਂ ਤਾਂ ਹਮੇਸ਼ਾ ਇਸ ਗੱਲ ਦੇ ਹਾਮੀ ਆ ਕਿ ਸਾਨੂੰ ਪੰਜਾਬ ਪਰਤਣਾ ਚਾਹੀਦਾ ਪਰ ਜੇ ਤੁਸੀਂ ਇੱਕ ਵਾਰ ਆ ਗਏ ਹੋ ਵੀ 25 ਲੱਖ ਰੁਪਈਆ ਲਾ ਕੇ ਆਏ ਹੋ ਤਾਂ ਸਬਰ ਕਰਨਾ ਚਾਹੀਦਾ ਇਹ ਇਹ ਨਹੀਂ ਹੈ ਕਿ ਤੁਸੀਂ ਮਾੜੇ ਦਿਨ ਦੇਖ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਸਰਵਾਈਵ ਨਹੀਂ ਕਰ ਹੋਣਾ ਦੁਨੀਆ ਸਰਵਾਈਵ ਕਰਦੀ ਹੈ ਮੈਂ ਜਿਵੇਂ ਪਹਿਲਾਂ ਕਿਹਾ ਕਿ ਲੋਕ ਬਾਹਰ ਸੌ ਸੌ ਕੇ ਗੁਜ਼ਾਰੇ ਕਰਦੇ ਰਹੇ ਨੇ ਉਹਨਾਂ ਦੇ ਕੋਲ ਘਰ ਨਹੀਂ ਛੱਤ ਨਹੀਂ ਸੀ ਹੁੰਦੀ ਮੈਂ ਆਪਣੇ ਅੱਖੀਂ ਦੀਪਨ ਤੁਹਾਨੂੰ ਮੈਂ ਦੱਸਦਾ ਆਪਣੇ ਅੱਖੀਂ ਮੈਂ ਬਾਹਰ ਜਿਹੜੇ ਪੁਲਾਂ ਦੇ ਥੱਲੇ ਨੌਜਵਾਨ ਰਹਿੰਦੇ ਹੋਏ ਦੇਖੇ ਨੇ ਉਹ ਉੱਥੋਂ ਹੀ ਤਿਆਰ ਹੋ ਕੇ ਉੱਥੋਂ ਹੀ ਗੱਦੇ ਛੁੱਟੇ ਉਹਨਾਂ ਨੇ ਉੱਥੋਂ ਹੀ ਤਿਆਰ ਹੋ ਕੇ ਤੇ ਕੰਮਾਂ ਨੂੰ ਜਾਂਦੇ ਆ ਉੱਥੇ ਆ ਕੇ ਸੌ ਜਾਂਦੇ ਆ ਕਈ ਤੇ ਜਗ੍ਹਾ ਦੇ ਉੱਤੇ ਮੈਂ ਜੰਗਲਾਂ ਦੇ ਵਿੱਚ ਵੀ ਟੈਂਟ ਲੱਗੇ ਹੋਏ ਦੇਖਿਆ ਜਿੱਥੇ ਨੌਜਵਾਨ ਆਏ ਉੱਥੇ ਰਹਿ ਕੇ ਉਹਨਾਂ ਨੇ ਗੁਜ਼ਾਰਾ ਕੀਤਾ ਪਰ ਅੱਜ ਤਾਂ ਉਹ ਹਾਲਾਤ ਨਹੀਂ ਹੈਗੇ ਜੇਕਰ ਆਪਾਂ ਕਹੀ ਹੈ ਨਾ ਲੀਗਲ ਸਟੇਟਸ ਦੇ ਨਾਲ ਤੁਸੀਂ ਆ ਰਹੇ ਹੋ ਉਹਨਾਂ ਦੇ ਨਾਲ ਉਹ ਤੁਹਾਡੀ ਸਿਚੁਏਸ਼ਨ ਜਿਹੜੀ ਹੈ ਬਹੁਤ ਚੰਗੀ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਹੈ ਉਸ ਟਾਈਮ ਦੇ ਨਾਲੋਂ ਤੇ ਜੇ ਤੁਸੀਂ ਇਸ ਟਾਈਮ ਨੂੰ ਵੀ ਜਿਹੜਾ ਸਰਵਾਈਵ ਕਰਨ ਦੇ ਵਿੱਚ ਤੁਹਾਨੂੰ ਮੁਸ਼ਕਲ ਆ ਰਹੀ ਹੈ ਤਾਂ ਫਿਰ ਤਾਂ ਇਹੀ ਸ਼ਬਦ ਆਪਾਂ ਕਹਿ ਸਕਦੇ ਹਾਂ ਕਿ ਭਾਈ ਫਿਰ ਤਾਂ ਤੁਸੀਂ ਕਿਤੇ ਵੀ ਕਾਮਯਾਬ ਨਹੀਂ ਜੇ ਤੁਸੀਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਭੱਜਦੇ ਹੋਏ ਬਾਹਰ ਆਏ ਹੁਣ ਬਾਹਰ ਤੋਂ ਭੱਜਦੇ ਹੋਏ ਤੁਸੀਂ ਪੰਜਾਬ ਚਲੇ ਜਾਓਗੇ ਸੋ ਉੱਥੇ ਜਾ ਕੇ ਵੀ ਫਿਰ ਇਹੀ ਕੁਸ਼ ਕਰੋਗੇ ਤੁਮੇਂ ਇਹ ਗੱਲ ਸਮਝ ਤਾਂ ਹੋਣਾ ਵੀ ਅੱਜ ਕੱਲ੍ਹ ਨਾ ਅਸੀਂ ਨਾਜ਼ੁਕ ਹੋ ਗਏ ਆ ਸਾਡੀ ਜਿਹੜੀ ਨਵੀਂ ਪਨੀਰੀ ਹੈ ਨਾ ਉਹ ਬਹੁਤ ਨਾਜ਼ੁਕ ਹੋ ਗਈ ਹੈ ਉਹ ਚਾਹੁੰਦੀ ਹੈ ਕਿ ਏਸੀਆਂ ਦੇ ਵਿੱਚ ਬੈਠ ਕੇ ਘੁੰਮਣ ਵਾਲੀਆਂ ਕੁਰਸੀਆਂ ਦੇ ਉੱਤੇ ਬਹਿ ਕੇ ਤੇ ਜਿਹੜਾ ਸਭ ਕੁਝ ਉੱਥੇ ਹੀ ਪਾ ਲਿਆ ਜਾਵੇ ਸੁਪਨੇ ਸਾਡੇ ਵੱਡੇ ਨੇ ਡ੍ਰੀਮਸ ਜਿਹੜੇ ਨੇ ਉਹ ਸੀ ਵੱਡੇ ਲੈਣ ਲੱਗ ਪਏ ਆ ਪਰ ਅਸੀਂ ਕਰਨਾ ਕੁਝ ਨਹੀਂ ਚਾਹੁੰਦੇ ਸਾਨੂੰ ਇਹ ਹੁੰਦਾ ਹੈ ਕਿ ਰਾਤ ਨੂੰ ਬੈੱਡ ਦੇ ਉੱਤੇ ਜਦੋਂ ਲੰਮੇ ਪੈ ਜੀਏ ਤਾਂ ਸਵੇਰੇ ਜਦੋਂ ਉੱਠਣਾ ਹੈ ਤਾਂ ਸਰਾਣੇ ਦੇ ਥੱਲੇ ਸਾਡੀ ਦਿਹਾੜੀ ਪਈ ਹੋਵੇ ਕੰਮ ਨਾ ਕਰਨਾ ਪਵੇ ਮਤਲਬ ਇਹ ਅੱਜ ਦੀ ਪਨੀਰੀ ਜਿਹੜੀ ਆ ਉਹ ਸੋਚਦੀ ਹੈ ਕਿ ਬਣਿਆ ਬਣਾਇਆ ਸਾਰਾ ਕੁਝ ਜਿਹੜਾ ਸਾਨੂੰ ਮਿਲੀ ਜਾਵੇ ਸੋ ਇਹ ਕਈ ਲੋਕਾਂ ਨੂੰ ਇਹ ਗੱਲਾਂ ਦਾ ਗੁੱਸਾ ਵੀ ਲੱਗਣਾ ਹੈ ਪਰ ਅਸਲ ਦੇ ਵਿੱਚ ਇਹੀ ਕਹਾਣੀ ਹੈ ਸੋ ਹੁਣ ਜਿਹੜੇ ਪਰਤ ਰਹੇ ਨੇ ਭਾਈ ਉਹ ਸਰਵਾਈਵ ਕਰੋ ਉਹ ਆ ਕੇ ਇੱਥੇ ਸਟਰਗਲ ਕਰੋ ਮਿਹਨਤਾਂ ਕਰੋ ਤੇ ਤੁਹਾਡੇ ਦਿਨ ਵੀ ਚੰਗੇ ਆਉਣਗੇ ਇਹ ਵਾਪਸ ਮੁੜਨਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਚੰਗਾ ਫੈਸਲਾ ਹੈਗਾ ਹਾਂ ਦੂਜੀ ਗੱਲ ਹੈ ਕਿ ਤੁਸੀਂ ਦੇਖਿਆ ਵੀ ਠੀਕ ਹੈ ਸਾਰਾ ਕੁਝ ਭਈ ਸਾਨੂੰ ਵਾਪਸ ਜਾਣਾ ਚਾਹੀਦਾ ਹੈ ਪਿੱਛੇ ਵੀ ਸਾਰਾ ਭਾਰ ਚੱਲਦੇ ਆ ਜਿਹੜੀ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਤਾਂ ਬੇਸ਼ੱਕ ਤੁਸੀਂ ਮੁੜ ਜੋ ਕਿ ਤੁਸੀਂ ਦੇਖਣ ਆਏ ਸੀ ਦੇਖਿਆ ਤੁਹਾਨੂੰ ਨਹੀਂ ਚੰਗਾ ਲੱਗਾ ਮੁੜ ਜੋ ਪਰ ਜੇਕਰ ਤੁਸੀਂ ਕਰਜ਼ੇ ਚੁੱਕ ਕੇ ਆਏ ਹੋਏ ਹੋ ਸਾਰਾ ਜਿਵੇਂ ਮਾੜੇ ਹਾਲਾਤਾਂ ਚੋਂ ਆਏ ਹੋਏ ਹੋ ਤਾਂ ਭਾਈ ਇੱਕ ਕਦਮ ਨਾ ਚੁੱਕੋ ਐਡੇ ਵੀ ਮਾੜੇ ਹਾਲਾਤ ਨਹੀਂ ਹੈਗੇ ਅੱਜ ਵੀ ਸਾਡੇ ਨੌਜਵਾਨ ਜਿਹੜੇ ਅਰਬ ਅਰਬ ਮੁਲਕਾਂ ਦੇ ਵਿੱਚ ਕੁਝ ਯੂਰਪੀਅਨ ਮੁਲਕ ਨੇ ਜਿਵੇਂ ਇਟਲੀ ਪੁਰਤਗਾਲ ਸਪੇਨ ਬੜਾ ਹਾਰਡ ਵਰਕ ਹੈ ਉੱਥੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਸੋ ਉਹਦੇ ਨਾਲੋਂ ਮੈਂ ਕਹਿੰਦਾ ਵੀ ਕੈਨੇਡਾ ਇੰਗਲੈਂਡ ਦੇ ਹਾਲਾਤ ਜਿਹੜੇ ਨੇ ਉਹ ਚੰਗੇ ਨੇ ਇਥੇ ਜੇਕਰ ਤੁਸੀਂ ਕੰਮ ਕਰਕੇ ਮਿਹਨਤਾਂ ਕਰਦੇ ਹੋ ਤਾਂ ਸਭ ਕੁਝ ਮਿਲੇਗਾ ਇਹ ਮੁਲਕ ਸਾਰਿਆਂ ਨੂੰ ਦਿੰਦੇ ਆ ਪਰ ਮਿਹਨਤ ਜ਼ਰੂਰ ਮੰਗਦੇ ਆ ਸਟਰਗਲ ਜ਼ਰੂਰ ਮੰਗਦੇ ਆ ਜੀ ਹਾਂ ਜੀ ਜੀ ਜੱਜੀ ਸਿੰਘ ਜੀ ਮੈਨੂੰ ਲੱਗੂ ਕਿ ਉਹੀ ਜਾਤ ਲੋਕ ਹੁੰਦੇ ਨੇ ਕਿ ਬਪਾ ਸਾਹਿਬ ਨੇ ਜੂਸਰ ਦੇਖੋ ਦੇਖੀ ਕਿਸੇ ਦੇ ਬਾਹਰ ਚਲੇ ਜਾਂਦੇ ਨੇ ਤੁਸੀਂ ਦੇਖੋ ਨਾ ਟ੍ਰੈਂਡ ਚੱਲਿਆ ਹੋਇਆ ਹੈ ਕਿ ਜਿਹੜਾ ਬਾਹਰ ਜਾਣਾ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਉੱਥੇ ਰਹਿਣਾ ਇਹ ਟ੍ਰੈਂਡ ਚੱਲਿਆ ਹੋਇਆ ਅਸੀਂ ਤਾਂ ਅਕਸਰ ਕਹਿੰਦੇ ਹੁੰਨੇ ਆ ਕਿ ਜੇ ਤੁਸੀਂ ਘਰੋਂ ਠੀਕ ਠਾਕ ਹੋ ਤਾਂ ਤੁਹਾਨੂੰ ਕਦੇ ਵੀ ਇਹਨਾਂ ਮੁਲਕਾਂ ਚਾ ਕੇ ਉਸ ਰਾਹ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਟਰਗਲ ਵਾਲੇ ਰਾਹ ਤੇ ਨਹੀਂ ਪੈਣਾ ਚਾਹੀਦਾ ਕਿਉਂਕਿ ਇਹ ਮੁਲਕ ਸਟਰਗਲ ਮੰਗਦੇ ਨੇ ਇੱਥੇ ਕੋਈ ਤੁਹਾਨੂੰ ਬੁੱਕਲ ਨਹੀਂ ਮਿਲਣੀ ਕੋਈ ਤੁਹਾਨੂੰ ਨਿਗ ਨਹੀਂ ਮਿਲਣਾ ਤੁਸੀਂ ਜਿੱਦਣ ਆਪਣਾ ਪੰਜਾਬ ਵਾਲਾ ਘਰ ਛੱਡ ਕੇ 에어ਪੋਰਟ ਵਾਲੇ ਰਾਹ ਪੈਂਦੇ ਹੋ ਨਾ ਤੇ ਇੱਕ ਗੱਲ ਮੰਨ ਕੇ ਚੱਲਿਆ ਕਰੋ ਕਿ ਅੱਜ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਮਿਹਨਤ ਦੇ ਲੇਖੇ ਲਾ ਦਿੱਤੀ ਹਾਰਡ ਵਰਕ ਦੇ ਲੇਖੇ ਲਾ ਦਿੱਤੀ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਸਾਰੀ ਉਮਰ ਤੁਹਾਨੂੰ ਉਸੇ ਪ੍ਰੋਸੈਸ ਦੇ ਵਿੱਚ ਹੀ ਘੁੰਮਣਾ ਪੈਂਦਾ ਹੈ ਕੰਮ ਕਰਨਾ ਹੈ ਖਾਣਾ ਹੈ ਕੰਮ ਕਰਨਾ ਹੈ ਖਾਣਾ ਹੈ 30 30 40 40 ਸਾਲ ਜਿਹੜੇ ਨੇ ਉਹ ਕਿਸ਼ਤਾਂ ਹੁੰਦੀਆਂ ਮਕਾਨਾਂ ਦੀਆਂ ਮਤਲਬ ਕਿ ਲਾਈਫ ਜਿਹੜੀ ਉਹ ਸਾਰੀ ਮਿਹਨਤ ਦੇ ਰਸਤੇ ਪੈ ਜਾਂਦੀ ਹੈ ਤੇ ਇਹ ਗੱਲ ਮੰਨ ਕੇ ਚੱਲਿਆ ਕਰੋ ਕਿ ਜਦੋਂ ਤੁਸੀਂ ਆਪਣੇ 에어ਪੋਰਟ ਤੋਂ ਜਹਾਜ਼ ਫੜਦੇ ਹੋ ਕਿ ਅੱਜ ਤੋਂ ਤੁਸੀਂ ਆਪਣਾ ਐਸ਼ੋ ਆਰਾਮ ਜਿਹੜਾ ਉਹ ਛੱਡ ਦਿੱਤਾ ਹੈ ਤੇ ਤੁਸੀਂ ਵਿਦੇਸ਼ ਨੂੰ ਤੁਰ ਪਏ ਹੋ ਸੋ ਸਾਰੀ ਜ਼ਿੰਦਗੀ ਇੱਥੇ ਆ ਕੇ ਕੰਮ ਹੀ ਕਰਨਾ ਪੈਣਾ ਜੇਕਰ ਤੁਸੀਂ ਇਹਦੇ ਲਈ ਤਿਆਰ ਨਹੀਂ ਹੈਗੇ ਤਾਂ ਫਿਰ ਉੱਥੇ ਰਹਿਣਾ ਤੁਹਾਡੇ ਲਈ ਬੈਟਰ ਹੈ ਜੀ ਹਾਂ ਜੀ 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 ਸਿੰਘ ਜੀ ਥੋੜਾ ਧੰਨਵਾਦ ਹੈ ਵੈਸੀ ਤੁਸੀਂ ਅਕਸਰ ਸਾਡੇ ਜਿਹੜੇ ਦਰਸ਼ਕ ਨੇ ਖਾਸ ਕਰ ਜੋ ਨੌਜਵਾਨ ਲੱਖਰ ਵੇ ਲਾ ਕੇ ਵਿਦੇਸ਼ਾਂ ਵਿੱਚ ਜਾਂਦੀ ਹੈ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਉਹਨਾਂ ਨੂੰ ਕਹਿੰਦੇ ਹੋ ਕਿ ਸਹੀ ਦਿਸ਼ਾ ਤੁਸੀਂ ਦਿਖਾਉਣੀ ਹੋ ਤੇ ਸਾਡੇ ਦਰਸ਼ਕ ਤੁਹਾਡੇ ਇਹਨਾਂ ਕਹ ਲੋ ਕਿ ਸਿੱਖਿਆਵਾਂ ਦਾ ਕਾਫੀ ਪਸੰਦ ਵੀ ਕਰਦੇ ਨੇ ਤੇ ਤੁਹਾਨੂੰ ਥੋੜਾ ਜਿਹਾ ਜੀ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਆਪਣੀ ਕਹ ਲੋ ਕਿ ਇੱਕ ਗਾਈਡਲੈਂਸ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦਰਸ਼ਕੋ ਇਸ ਵੀਡੀਓ ਨੂੰ ਵਾਤੋ ਜਰੂਰ ਕਰਿਓ ਕਿਉਂਕਿ ਜੋ ਦਿਲਜੀਤ ਸਿੰਘ ਜੀ ਨੇ ਉਹਨਾਂ ਨੇ ਕਾਫੀ ਸਮਾਂ ਵਿਦੇਸ਼ਾਂ 'ਚ ਗੁਜ਼ਾਰਿਆ ਹੈ ਉਹਨਾਂ ਨੇ ਓਖਾ ਸੁੱਖਾ ਸਮਾਂ ਉੱਥੇ ਕੱਟਿਆ ਤੇ ਕਾਫੀ ਉਹਨਾਂ ਨੂੰ ਅਨੁਭਵ ਹੈ ਤੇ ਉਹੀ ਤੁਹਾਨੂੰ ਕਹਿੰਦੇ ਕਿ ਐਕਸਪੀਰੀਅੰਸ ਆਪਣਾ ਸ਼ੇਅਰ ਕਰਦੇ ਨੇ ਤਾਂ ਜਿਆਦਾ ਖਬਰਾਂ ਅੰਜ ਲੋੜ ਨਹੀਂ ਹੁੰਦੀ ਓਖੇ ਸੁੱਖਾ ਟਾਈਮ ਆਉਂਦਾ ਹੀ ਆ ਤੁਸੀਂ ਮਿਹਨਤ ਕਰਦੇ ਜਾਓ ਟਾਈਮ ਲੰਘ ਜਾਏਗਾ ਬਾਅਦੋਂ ਅੱਜ ਓਖਿਓ ਕਾਨੂੰ ਸੁਖਾਲੇ ਵੀ ਹੋ ਜਾਵੂਗੇ ਹੁਣ ਵੇਲਾ ਹੋ ਗਿਆ ਹੈ ਜੱਜ ਲੈਣ ਦਾ ਧੰਨਵਾਦ